एक नवी वीडियो विच सब प्रावान दा बहुत बहुत स्वागत है। ते आज अपा पहुंचे हुए हैं बुद्ध सिंह वाला पिंड अपना, ते सादुल शहर तहसील जिला श्री गंगानगर राजस्थान है। ते बाई ने रखे हुए हैं कड़कनाथ मुर्गी पालन कर रहे हैं। एदे विच कुछ टर्की भी है, और किस तरीके नाल या पूरी प्रोसेस बाई कर रहे हैं की सारी जानकारी बाई तो खुद तो ही लेवांगे। सत श्री अकाल वीर जी। सत श्री अकाल वीर जी। वीर जी अपा पालन अपा कर रहे हैं वीर, अपने कोले टर्की है इस टाइम, चोरचरी है, चकोर है जिन्हों गिनी फॉल कहते हैं इंग्लिश दे विच, ते कड़कनाथ है, ते देसी डबल एफ जी मुर्गी है, ते ब्लैक एस्ट्रोलॉब मुर्गी है अपने कोले। ठीक है जी। अपने कोले इस तो इलावा अपने कोले फैंसी जानवर भी हैगे है, जिवें कि अमरीकन सिल्की है, बैंटम है, ते कोचिन बैंटम है, ते होर भी कई जिवें गिनी पिग है। उस तो इलावा अपने कोले खरगोश है, कई तरह करीब करीब सारे जानवर हैगे अपने कोले जिहड़े आपां वीडियो च दिखावांगे। हाँ जी, जानवर आपां पहला अपने कोले सप्लाई घट है, आपां खुद दा प्रोडक्शन ही बेचदे हां वीरे। अच्छा, खुद दा प्रोडक्शन। हाँ जी, खुद दा प्रोडक्शन ही बेचदे हां, जिस करके आपां कोले लिमिटेड स्टॉक हुंदा है। ते हां जी, जो अपनी एडवांस बुकिंग करवा सकदा। हाँ जी, एडवांस बुकिंग ते ही जानवर मिलदा है अपने कोले, क्योंकि अपने कोले इन्ना ज्यादा डिमांड बहुत ज्यादा, ते सप्लाई अपने कोले लिमिटेड तैयार हुंदी है। बर्बरी सीगा ਉਹ ਕਾਫੀ ਏਜ ਦਾ ਹੋ ਚੁੱਕਿਆ ਸੀ, ਮੇਰੇ ਕੋਲੇ ਕੁਝ ਬੱਕਰੀਆਂ ਵੀ ਏਜ ਦੀਆਂ ਹੋ ਗਈਆਂ ਸੀ, ਇਸ ਕਰਕੇ ਉਹਨਾਂ ਨੂੰ ਮੈਂ ਸੇਲ ਕਰਤਾ ਇੱਕ ਵਾਰ, ਤੇ ਹੁਣ ਦੁਬਾਰਾ ਤੋਂ ਆਪਣਾ ਬੱਕਰਾ ਤਿਆਰ ਹੋ ਜਾਂਦਾ ਹੈ। ਉਹ ਜਾਨਵਰ ਅਸੀਂ ਤੁਸੀਂ ਤਿਆਰ ਕਰ ਰਹੇ ਹਾਂ ਉਸੇ ਬ੍ਰੀਡਰ? ਹਾਂਜੀ ਹਾਂਜੀ, ਉਸੇ ਬ੍ਰੀਡਰ ਦੇ ਤਿਆਰ ਹੋ ਰਹੇ ਹਾਂ। ਜਦੋਂ ਆਪਣੇ ਕੋਲੇ ਇਹ ਬੱਕਰਾ ਤਿਆਰ ਹੋ ਜਾਏਗਾ ਤਾਂ ਆਪਾਂ ਨਵੀਂ ਬੱਕਰੀਆਂ ਲਿਆ ਕੇ ਇਹਨਾਂ ਵਿੱਚ ਛੱਡ ਲਾਂਗੇ। ਅੱਛਾ, ਇਸ ਬੱਕਰੇ ਤੋਂ ਫਿਰ ਦੁਬਾਰਾ ਬ੍ਰੀਡਿੰਗ? ਹਾਂਜੀ, ਦੁਬਾਰਾ ਬ੍ਰੀਡਿੰਗ ਕਰਵਾਵਾਂਗੇ ਜੀ, ਉਸ ਤੋਂ ਵੀ ਚੰਗੇ ਆਪਾਂ ਦੂਰੀ ਵਾਰ ਤਿਆਰ ਕਰਾਂਗੇ ਜੀ। ਵੀਰ ਜੀ, ਵੈਸੇ ਬੱਕਰੀ ਪਾਲਣ ਵੀ ਤੁਸੀਂ ਕਰ ਰਹੇ ਹੋ ਤੇ ਮੁਰਗੀ ਪਾਲਣ ਵੀ ਤੁਸੀਂ ਕਰ ਰਹੇ ਹੋ, ਤਰ੍ਹਾਂ ਤਰ੍ਹਾਂ ਦੇ ਮੁਰਗੀ? ਹਾਂਜੀ ਵੀਰ ਜੀ, ਰੱਖੀ ਹੋਈ ਹੈ। ਬੱਕਰੀ ਪਾਲਣ ਤੇ ਮੁਰਗੀ ਪਾਲਣ ਦੇ ਵਿੱਚ ਵੀਰ ਜੀ ਤੁਸੀਂ ਤੁਹਾਨੂੰ ਕੀ ਫਰਕ ਲੱਗਿਆ ਖਾਸ? ਖਾਸ ਫਰਕ ਵੀਰ ਜੀ ਇਹ ਹੈ, ਬੱਕਰੀ ਪਾਲਣ ਦੇ ਵਿੱਚ ਜਿਵੇਂ ਆਪਾਂ ਨੇ ਕੋਲੇ ਬੱਚਾ ਹੈ, ਜੋ ਆਪਾਂ ਸਾਲ ਦਾ ਜਾਂ 7 ਮਹੀਨੇ ਦਾ 8 ਮਹੀਨੇ ਦਾ ਕਰਕੇ ਵੇਚਦੇ ਹਾਂ ਜੀ, ਕਰੀਬ ਕਰੀਬ ਆਪਾਂ ਸਾਲ ਦਾ ਹੀ ਵੇਚਦੇ ਹਾਂ। ਅੱਛਾ ਜੀ, ਤਾਂ ਆਪਣੇ ਕੋਲੇ ਸਾਲ ਤੋਂ ਇਨਕਮ ਆਉਂਦੀ ਹੈ, ਜਦੋਂ ਕਿ ਮੁਰਗੀ ਪਾਲਣ ਦੇ ਵਿੱਚ ਆਪਣੇ ਕੋਲੇ ਡੇਲੀ ਜੇ ਆਪਣੇ 5 ਬੱਚੇ ਟਰਕੀ ਦੇ ਵੇਚ ਗਏ ਆ, 2 ਬੱਚੇ ਚੋਰਚਰਿਆਂ ਦੇ ਵੇਚ ਗਏ, ਜਾਂ ਡਬਲ ਐਫ ਜੀ ਵੇਚ ਗਿਆ, ਕਦੇ ਆਂਡਾ ਵੇਚ ਗਿਆ, ਆਪਣੇ ਕੋਲੇ ਡੇਲੀ ਕਮਾਈ ਹੁੰਦੀ ਹੈ। ਡੇਲੀ ਕਮਾਈ, ਡੇਲੀ ਬੇਸ ਤੇ ਕਮਾਈ। ਹਾਂਜੀ ਵੀਰ ਜੀ, ਜਿਹੜੇ ਬੱਕਰੀ ਪਾਲਣ ਹੈਗਾ ਉਹਦੇ ਵਿੱਚ ਮੰਨ ਲਓ ਕਿ ਉਹਦੇ ਵਿੱਚ ਆਪਾਂ ਜਦੋਂ ਨਾ, ਹਾਂਜੀ ਆਪਣੇ ਕੋਲੇ ਜੇ 10 ਬੱਕਰੀਆਂ ਤਾਂ 20 ਬੱਚੇ ਸਾਲ ਦੇ ਆਉਂਦੇ ਆ। ਹਾਂ, 20 ਬੱਚੇ ਤਾਂ ਸਾਲ ਦੇ ਆਉਂਦੇ। 20 ਬੱਚਿਆਂ ਜੋ ਆਪਾਂ ਕੁਝ ਬੱਚੇ ਆਪਾਂ ਵੇਚਦੇ ਆ, ਕੁਝ ਰੱਖ ਲੈਨੇ ਆ, ਕੁਝ ਰੱਖ ਲੈਨੇ ਆ, ਤਾਂ ਉਹ ਸਾਲ ਮਹੀਨੇ ਦਾ ਇੱਕ ਬੱਚਾ ਹੀ ਵਿਕਦਾ ਆਪਣਾ? ਮਹੀਨੇ ਦਾ ਇੱਕ ਬੱਚਾ ਹੀ ਵਿਕਦਾ, ਐਵਰੇਜ 12-13 ਬੱਚੇ ਤਿਆਰ ਹੁੰਦੇ ਆ। ਜਿਵੇਂ ਇਹਦੇ ਵਿੱਚ ਆਪਣੇ ਕੋਲੇ ਡੇਲੀ ਆਪਣੇ ਕੋਲੇ ਬੱਚਾ ਹੁੰਦਾ ਤਿਆਰ, ਕੋਈ ਨਾ ਕੋਈ ਨਿਕਲ ਆਉਂਦਾ, ਜਿਵੇਂ ਡੇਲੀ ਮੇਰੇ ਕੋਲੇ 20 ਬੱਚੇ 30 ਬੱਚੇ ਨਿਕਲਦੇ ਨੇ ਦੇਸੀ ਦੇ, ਜਾਂ ਕੜਕਨਾਥ ਨਿਕਲਦੇ ਸੀ, ਤਾਂ ਉਹਨੇ ਉਹ ਸੇਲ ਹੋ ਜਾਂਦੇ ਸੀ, ਤਾਂ ਡੇਲੀ ਆਪਣੀ ਅਰਨਿੰਗ ਹੁੰਦੀ ਸੀਗੀ ਵੀਰ ਜੀ। ਠੀਕ ਹੈ ਵੀਰ ਜੀ, ਵੈਸੇ ਤੁਸੀਂ ਇਹ ਜਿਹੜਾ ਵਿਵਸਾਇ ਸਟਾਰਟ ਕੀਤਾ, ਟ੍ਰੇਨਿੰਗ ਲੈ ਕੇ ਕੀਤਾ ਜਾਂ ਤੁਸੀਂ ਵੈਸੇ ਬਿਨਾਂ ਟ੍ਰੇਨਿੰਗ ਵੀ ਕਿਸੇ ਤੋਂ ਫਾਰਮਾ ਤੋਂ ਸਿੱਖ ਕੇ ਕਰਿਆ ਸਟਾਰਟ? ਵੀਰ ਜੀ ਆਪਾਂ ਇਸ ਦੀ ਟ੍ਰੇਨਿੰਗ KVK ਸੰਘਰੀਆ ਤੋਂ ਲਈ ਸੀਗੀ। ਅੱਛਾ ਜੀ, ਉੱਥੇ ਮੁਕੇਸ਼ ਸਰ ਜੀ ਹੈਗੇ ਆ, ਉਹਨਾਂ ਤੋਂ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਸੀ, ਮੱਛੀ ਪਾਲਣ ਦੀ ਟ੍ਰੇਨਿੰਗ ਲਈ ਸੀ, ਮੱਛੀ ਪਾਲਣ ਦੀ। ਹਾਂਜੀ, ਸਭ ਟ੍ਰੇਨਿੰਗ ਲੈ ਕੇ ਹੀ ਕੀਤਾ ਸੀਗਾ ਵੀਰ ਜੀ, ਟ੍ਰੇਨਿੰਗ ਲੈ ਕੇ। ਇਹ ਵੀਰ ਆਪਣੇ ਟਰਕੀ ਦਾ ਅੱਗ ਹੈ, ਇਹ ਮੁਰਗੀ ਦੇ ਅੱਗ ਨਾਲੋਂ ਥੋੜ੍ਹਾ ਜਿਹਾ ਵੱਡਾ ਹੁੰਦਾ। ਅੱਛਾ, ਮੁਰਗੀ ਦੇ ਅੰਡੇ ਨਾਲੋਂ? ਹਾਂਜੀ, ਮੁਰਗੀ ਦੇ ਅੰਡੇ ਨਾਲੋਂ ਇਹ ਥੋੜ੍ਹਾ ਜਿਹਾ ਵੱਡਾ ਹੁੰਦਾ, ਅਤੇ ਮੁਰਗੀ ਇਹਦਾ ਟਰਕੀ ਦਾ ਵਿੱਚ, ਟਰਕੀ ਦੇ ਖਾਸ ਗੱਲ ਇਹ ਹੈ ਕਿ ਇਹ ਹਰ ਟੈਂਪਰੇਚਰ 'ਚ ਆ ਲਿਆਂਦਾ ਟਰਕੀ। ਹਾਂਜੀ, ਇਹ USA ਤੋਂ ਲੈ ਕੇ, ਅਮਰੀਕਾ ਤੋਂ ਲੈ ਕੇ, ਜੈਪਾਨ ਤਾਂ ਹੀ ਤੁਸੀਂ ਦੇਖ ਲਿਓ, ਆਸਟ੍ਰੇਲੀਆ ਦੇ ਵਿੱਚ ਜਾਂ ਯੂਰਪ ਦੇ ਕਿਸੇ ਦੇਸ਼ ਵਿੱਚ ਤੁਹਾਨੂੰ ਟਰਕੀ ਆਮ ਦੇਖਣ ਨੂੰ ਮਿਲੇਗਾ ਜੀ। ਉੱਥੇ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਤੁਹਾਨੂੰ ਟਰਕੀ ਮਿਲੇਗਾ ਹੀ ਮਿਲੇਗਾ ਖਾਣ ਨੂੰ। ਵੈਸੇ ਇਹਦੀ ਡਿਮਾਂਡ ਆਪਣੇ ਇੰਡੀਆ 'ਚ ਕਿੰਨੀ ਕੁ ਰਹਿੰਦੀ ਹੈ ਵੀਰ ਜੀ, ਅਗਰ ਕੋਈ ਬੰਦਾ ਟਰਕੀ ਪਾਲਣ ਕਰਨਾ ਚਾਹੇ ਤਾਂ? ਡਿਮਾਂਡ ਇਹਦੀ ਇਹ ਹੈ, ਜਿਵੇਂ ਕੁਰਬਾਨੀ ਦੇ ਵਿੱਚ ਵੀਰ ਆਪਣੇ ਬੱਕਰੇ ਲੱਗਦੇ ਆ, ਉਵੇਂ ਐਵੇਂ ਕ੍ਰਿਸਮਿਸ ਦੇ ਵਿੱਚ ਲਾਸਟ ਜੋ ਦਸੰਬਰ ਦਾ ਹਫ਼ਤਾ ਹੁੰਦਾ ਉਹਦੇ ਵਿੱਚ ਇਹਨਾਂ ਦੀ ਕ੍ਰਿਸਚਨ ਲੋਕ ਹੈ ਉਹ ਮੀਟ ਬਣਾ ਕੇ ਖਾਂਦੇ ਆ, ਕਿਉਂਕਿ ਉਹ ਸੈਲੀਬ੍ਰੇਟ ਕਰਦੇ ਆ ਆਪਦਾ ਜਿਹੜਾ ਕ੍ਰਿਸਮਿਸ। ਹਾਂਜੀ, ਕੁਰਬਾਨੀ ਨੂੰ ਵੀ ਕੁਰਬਾਨੀ ਦਿੰਦੇ ਆ ਉਹ ਇਸ ਦੀ। ਇਸ ਦੀ ਕੁਰਬਾਨੀ ਲੱਗਦੀ? ਹਾਂਜੀ, ਕੁਰਬਾਨੀ ਦਿੰਦੇ ਆ ਕ੍ਰਿਸਚਨ ਇਸ ਦੀ। ਚਲੋ, ਇਹਦੀ ਜਿਹੜੀ ਡਿਮਾਂਡ ਹੈ ਉਹ ਇੰਡੀਆ ਵਿੱਚ ਵੀ ਹੈਵੀ ਡਿਮਾਂਡ ਹੈ? ਹਾਂਜੀ, ਵੱਡੇ ਸ਼ਹਿਰਾਂ ਦੇ ਵਿੱਚ, ਦਿੱਲੀ ਦੇ ਵਿੱਚ ਆਮ ਹੀ ਇਹਦਾ ਉੱਥੇ ਬਾਜ਼ਾਰ ਲੱਗਦਾ ਹੈਗਾ, ਤੇ ਉੱਥੇ ਇਹਦੀ ਸਪਲਾਈ ਤੇ ਕਾਫੀ ਜ਼ਿਆਦਾ ਹੁੰਦੀ ਆ, ਤੇ ਉੱਥੇ ਪੂਰਾ ਵਧੀਆ ਵਿਕਦਾ ਹੈ ਜੀ ਇਹ। ਤੁਸੀਂ ਕਿਵੇਂ ਇਹਨਾਂ ਜਾਨਵਰਾਂ ਨੂੰ ਸੇਲ ਕਰਦੇ ਹੋ ਜਾਂ ਕੋਈ ਬੰਦੇ ਤੁਹਾਡੇ ਕੋਲ ਆਪ ਹੀ ਆਉਂਦੇ ਆ ਕਿਸੇ ਸੇਲ ਕਰਨ ਦੇ? ਮੇਰੇ ਕੋਲੇ ਬੱਚਿਆਂ ਦੀ ਡਿਮਾਂਡ ਹੀ ਆਉਂਦੀ ਹੈ ਇਹਦੇ ਵੀਰੇ, ਆਪਾਂ ਬੱਚੇ ਹੀ ਵੇਚਦੇ ਹਾਂ। ਅੱਛਾ, ਤੁਸੀਂ ਬੱਚੇ? ਹਾਂਜੀ ਵੀਰੇ, ਮੈਂ 2.5 ਮਹੀਨੇ ਦਾ ਬੱਚਾ ਹੀ ਵੇਚਿਆ ਇਸ ਦੁਆਰਾ, 2 ਮਹੀਨੇ ਦਾ ਬੱਚਾ ਹੀ ਵੇਚਿਆ ਇਸ ਦਾ, ਪਰ ਬੱਚਾ ਮੇਰੇ ਕੋਲ 2.5 ਮਹੀਨੇ 2 ਮਹੀਨੇ ਦਾ ਹੋਣ ਨਹੀਂ ਦਿੰਦੇ, 10-15 ਦਿਨਾਂ ਦਾ ਬੱਚਾ ਆਪਣੇ ਕੋਲੇ ਵਿਕ ਜਾਂਦਾ। 10-15 ਦਿਨ ਦਾ ਬੱਚਾ? ਹਾਂਜੀ, ਉਦੋਂ ਨੂੰ ਨਵੀਂ ਡਿਮਾਂਡ ਆ ਜਾਂਦੀ ਹੈ ਤੇ ਉਹ ਫਿਰ ਆਪਣਾ ਬੱਚਾ ਵਿਕਦਾ ਰਹਿੰਦਾ ਲਗਾਤਾਰ।
ਵੀਰ ਜੀ ਕਮਾਈ ਦਾ ਸਾਧਨ ਤੁਹਾਨੂੰ ਕਿਵੇਂ ਲੱਗਿਆ ਇਹਦੇ ਵਿੱਚ ਫਾਇਦਾ ਹੈ ਜਾਂ ਨੁਕਸਾਨ ਕਦੇ ਨੁਕਸਾਨ ਨੂੰ ਵੇਖਣ ਨੂੰ ਮਿਲਿਆ ਜਾਂ ਹਾਂਜੀ ਵੀਰ ਨੁਕਸਾਨ ਹੁੰਦਾ ਹੈ ਪਰ ਮੈਨੂੰ ਫਾਇਦਾ ਹੀ ਮਿਲਿਆ ਪਿਛਲੇ ਵਾਰ ਮੇਰੇ ਕੋਲੇ 3 ਫੀਮੇਲ ਸੀ ਤੇ 1 ਮੇਲ ਸੀਗਾ ਤੇ ਮੈਂ 50,000 ਦੇ ਬੱਚੇ ਵੇਚੇ ਸੀ ਵੀਰ ਪਿਛਲੇ ਸਾਲ ਸਿਰਫ ਟਰਕੀ ਦੇ 50,000 ਦੇ ਬੱਚੇ ਤੁਸੀਂ ਇੱਕ ਸਾਲ ਦੇ ਵਿੱਚ ਟਰਕੀ ਦੇ ਵਿੱਚ ਹਾਂਜੀ ਵੀ ਜੀ ਟੋਟਲ ਅਗਰ ਆਪਾਂ ਇਹਨਾਂ ਨੂੰ ਲਾ ਕੇ ਟੋਟਲ ਜਿੰਨੇ ਵੀ ਤੁਹਾਡੇ ਕੋਲੇ ਬਰਡ ਰੱਖੇ ਹੋਏ ਆ ਮਤਲਬ ਮੁਰਗੀਆਂ ਰੱਖੀਆਂ ਹਾਂਜੀ ਅਗਰ ਟੋਟਲ ਕਮਾਈ ਤੁਸੀਂ ਇੱਕ ਸਾਲਾਨਾ ਕਿੰਨੀ ਹੈ ਬੱਕਰੀ ਪਾਲਣ ਅਗਰ ਕੰਪੇਅਰ ਕਰਕੇ ਚੱਲੀਏ ਤਾਂ ਵੀਰ ਜੀ ਕਮਾਈ ਬੱਕਰੀ ਪਾਲਣ ਦੇ ਵਿੱਚ ਵੀ ਤੁਸੀਂ ਮੰਨ ਕੇ ਚੱਲੋ ਜੇ ਤੁਹਾਡੇ ਕੋਲੇ 10 ਚੰਗੀਆਂ ਬੱਕਰੀਆਂ ਹੈਗੀਆਂ ਤਾਂ 1.25 ਲੱਖ ਰੁਪਏ ਕਮਾਈ ਹੈਗੀ ਆ ਉਹਨਾਂ ਦੇ ਵਿੱਚ ਹਾਂਜੀ ਨੋਰਮਲ ਜੀ ਕਮਾਈ ਹੈ ਹਾਂਜੀ 1.25 ਲੱਖ ਰੁਪਏ ਕਮਾਈ ਅਸੀਂ ਮੰਨਦੇ ਹਾਂ ਕਿ ਬੱਕਰੀਆਂ ਦੇ ਵਿੱਚ 10 ਬੱਕਰੀਆਂ ਤੋਂ ਕਮਾਈ ਬਰਬਰੀ ਦੇ ਵਿੱਚ ਚੰਗੀਆਂ ਦੇ ਵਿੱਚ ਹੈ ਚੰਗੀਆਂ ਦੇ ਵਿੱਚ ਯਾਨੀ ਮਹੀਨੇ ਦੀ 10,000 ਹੋ ਗਈ ਜੋ ਕਿ ਇੱਕ ਪ੍ਰਾਈਵੇਟ ਟੀਚਰ ਦੀ ਬਣਦੀ ਆ ਸਹੀ ਗੱਲ ਹੈ ਤੁਹਾਡੀ ਹਾਂਜੀ ਆਪਾਂ ਹੁਣ ਆਪਾਂ ਦੂਜੇ ਜਾਨਵਰ ਦਿਖਾਉਂਦੇ ਆਪਾਂ ਇਸ ਤੋਂ ਇਲਾਵਾ ਫਿਰ ਆਪਣੇ ਕੋਲੇ ਕੜਕਨਾਥ ਹੈ ਇਸ ਸਾਈਡ ਤੇ ਕੜਕਨਾਥ ਹੈ ਹਾਂਜੀ ਵੀਰ ਜੀ ਜਿਹੜੇ ਇਸ ਕੜਕਨਾਥ ਦਾ ਨੋਰਮਲ ਜਿਵੇਂ ਬੱਚਾ ਸੇਲ ਹੁੰਦਾ ਹੈ ਮੁਰਗੀ ਦਾ ਉਹ ਤਰੀਕੇ ਨਾਲ ਹੀ ਕੁਝ ਅਲੱਗ ਇਹਦੀ ਡਿਮਾਂਡ ਵੀਰ ਜੀ ਆਪਾਂ ਵੀ ਇਸ ਦੇ ਬੱਚੇ ਹੀ ਸੇਲ ਕਰਦੇ ਆ ਹੁਣ ਤੱਕ ਆਪਾਂ ਇਹਦੇ ਬੱਚੇ ਸੇਲ ਕੀਤੇ ਆ ਇਸ ਤੋਂ ਬਾਅਦ ਆਪਾਂ ਇਸ ਦੇ ਐਗ ਸੇਲ ਕਰਾਂਗੇ ਹੁਣ ਜਿਵੇਂ ਹੁਣ ਬੱਚੇ ਸੇਲ ਕਰੇ ਹਾਂਜੀ ਵੀਰ ਜੀ ਹੁਣ ਇਹਦੇ 5 ਅੰਡੇ ਆਏ ਪਏ ਆ ਅੱਛਾ 5 ਅੰਡੇ ਆਏ ਹਾਂਜੀ 10 ਮੁਰਗੀਆਂ ਦੇ ਵਿੱਚੋਂ 50% ਅੰਡਾ ਆਉਂਦਾ ਅਗਰ ਆਪਣੇ ਦੇਖਿਆ ਜਾਵੇ ਕੜਕਨਾਥ ਦੇ ਵਿੱਚ ਦੂਜੀ ਮੁਰਗੀ ਨਾਲੋਂ ਕੋਈ ਖਾਸ ਗੱਲ ਕੀ ਹੈ ਵੀਰ ਜੀ ਇਸ ਦੇ ਵਿੱਚ ਕੋਲੇਸਟ੍ਰੋਲ ਨਹੀਂ ਆ ਇਸ ਦੇ ਵਿੱਚ ਫੈਟ ਨਹੀਂ ਹੁੰਦੀ ਇਹਦੇ ਜਿਹੜੀ ਮੀਟ ਦੀ ਡਿਮਾਂਡ ਆ ਉਹ ਕਿਵੇਂ ਰਹਿੰਦੀ ਹੈਗੀ ਮੀਟ ਦੀ ਡਿਮਾਂਡ ਵੀਰੇ ਬਹੁਤ ਰਹਿੰਦੀ ਹੈ ਕੋਈ ਇਹਦੇ ਅੰਡੇ ਦਾ ਵਿੱਚ ਜਿਹੜਾ ਹੈ ਨਾ ਫੈਟ ਘੱਟ ਹੋਣ ਕਰਕੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਇਹ ਵੀਰ ਜੀ ਆਸਟ੍ਰੇਲੀਆ ਦੀ ਮੁਰਗੀ ਹੈ ਜਿਹੜੀ ਸਭ ਤੋਂ ਜ਼ਿਆਦਾ ਅੰਡੇ ਦਿੰਦੀ ਹੈ ਇਸ ਦਾ ਆ ਕਿੰਨੇ ਅੰਡੇ ਦਿੰਦੀ ਹੈ ਵੀਰ ਜੀ ਇਹ ਸਾਲ ਦੇ ਵਿੱਚ 364 ਅੰਡਿਆਂ ਦਾ ਰਿਕਾਰਡ ਹੈ ਵੀਰ ਜੀ ਇਸ ਦਾ ਸਾਲ ਦੇ ਵਿੱਚ 364 ਅੰਡਾ ਦੇ ਦਿੰਦੀ ਹੈ ਹਾਂਜੀ ਵੀਰ ਜੀ ਬਹੁਤ ਹੀ ਵਧੀਆ ਐਗ ਪ੍ਰੋਡਕਸ਼ਨ ਹੈ ਇਸ ਦੀ ਬਹੁਤ ਹੀ ਸੋਹਣੀ ਮੁਰਗੀ ਹੈ ਠੀਕ ਹੈ ਜੀ ਆਪਣਾ ਜੀ ਚਕੋਰ ਹੈ ਚੁਰਚਰੇ ਆ ਅੱਛਾ ਇਹਨੂੰ ਗਿਨੀ ਫੌਲ ਵੀ ਕਹਿੰਦੇ ਆ ਜਿਹੜੇ ਅੱਛਾ ਗਿਨੀ ਫੌਲ ਵੀ ਕਹਿੰਦੇ ਆ ਇਹ ਅਮਰੀਕਾ ਦਾ ਅਫਰੀਕਾ ਦਾ ਸੌਰੀ ਇਹ ਅਫਰੀਕਾ ਦਾ ਇੱਕ ਗਿਨੀ ਏਰੀਆ ਉੱਥੋਂ ਦਾ ਇਹ ਜੰਗਲੀ ਜਾਨਵਰ ਹੈ ਜਿਵੇਂ ਆਪਣੇ ਕੜਕਨਾਥ ਹੈ ਠੀਕ ਹੈ ਉਸੇ ਤਰ੍ਹਾਂ ਇਹ ਹੈ ਜੀ ਠੀਕ ਹੈ ਜੀ ਇਸ ਦਾ ਅੰਡਾ ਸ਼ੂਗਰ ਦੇ ਮਰੀਜ਼ਾਂ ਵਾਸਤੇ ਬਹੁਤ ਜ਼ਿਆਦਾ ਚੰਗਾ ਹੈ ਗਿਨੀ ਫੌਲ ਦਾ ਹਾਂਜੀ ਗਿਨੀ ਫੌਲ ਦਾ ਸ਼ੂਗਰ ਦੇ ਮਰੀਜ਼ਾਂ ਇੰਡੀਆ 'ਚ ਵੀਰ ਜੀ ਇਹਦੀ ਡਿਮਾਂਡ ਕਿਵੇਂ ਰਹਿੰਦੀ ਹੈ ਡਿਮਾਂਡ ਵਧੀਆ ਵੀਰ ਇਹਦਾ ਮੀਟ ਜ਼ਿਆਦਾ ਬਹੁਤ ਜ਼ਿਆਦਾ ਟੇਸਟੀ ਬਣਦਾ ਇਹਦਾ ਗਿਨੀ ਫੌਲ ਦਾ ਵੀ ਹਾਂਜੀ ਗਿਨੀ ਫੌਲ ਦਾ ਮੀਟ ਬਹੁਤ ਜ਼ਿਆਦਾ ਟੇਸਟੀ ਬਣਦਾ ਅੰਡਾ ਵੀ ਇਹਦਾ ਖਾਣ ਦੇ ਵਿੱਚ ਵੀ ਸਵਾਦ ਹੈ ਕਿੰਨੇ ਦਿਨ ਦਾ ਵੀਰ ਜੀ ਇਸ ਸਾਲ ਦੇ ਵਿੱਚ ਇਹ ਵੀਰੇ 180 ਅੰਡੇ ਤੋਂ ਲੈ ਕੇ 200 ਅੰਡੇ ਤੱਕ ਦੇ ਦਿੰਦਾ 1 ਇਅਰ ਦੇ ਵਿੱਚ ਇਹ ਗਰਮੀ ਦੇ ਵਿੱਚ ਜ਼ਿਆਦਾ ਅੰਡਾ ਦਿੰਦਾ ਠੀਕ ਹੈ ਜੀ ਗਰਮੀ ਵਿੱਚ ਜ਼ਿਆਦਾ ਅੰਡਾ ਦਿੰਦਾ ਹਾਂਜੀ ਇਹਦਾ ਅੰਡਾ ਕੀ ਰੇਟ ਵੇਚ ਜਾਂਦਾ ਵੀਰ ਜੀ ਅੰਡਾ ਵਿੱਚ ਵੀਰ ਜੀ ਅੰਡਾ ਇਹਦਾ 25 ਤੋਂ 30 ਰੁਪਏ ਆਪਾਂ ਸੇਲ ਕਰਦੇ ਹਾਂ ਜੀ ਅੱਛਾ ਅੰਡਾ ਇਹਦਾ 25 ਤੋਂ 30 ਰੁਪਏ ਸੇਲ ਹੋ ਜਾਂਦਾ ਬੱਚਾ ਜੀ ਵੀਰ ਜੀ ਆਪਾਂ 150 ਰੁਪਏ ਵੇਚਿਆ ਇਸ ਦਾ ਥੋੜਾ ਜਿਹਾ ਵੱਡਾ ਬੱਚਾ ਹੈ ਆਪਾਂ ਮਹੀਨੇ ਦਾ ਬੱਚਾ ਉਹ ਆਪਾਂ 300 ਰੁਪਏ ਦੇ ਵੇਚਿਆ ਜੀ ਮਹੀਨੇ ਦਾ ਬੱਚਾ 300 ਰੁਪਏ ਛੋਟਾ ਬੱਚਾ 15 ਦਿਨਾਂ ਦਾ ਬੱਚਾ ਆਪਾਂ 150 ਰੁਪਏ ਦੇ ਵੇਚਿਆ 15 ਦਿਨਾਂ ਦਾ ਬੱਚਾ 150 ਰੁਪਏ ਤੱਕ ਵੀਰ ਜੀ ਕਦੇ ਵੇਚਣ ਵਾਸਤੇ ਕੋਈ ਸਮੱਸਿਆ ਤਾਂ ਨਹੀਂ ਆਉਂਦੀ ਐਸੇ ਵੇਲੇ ਨਹੀਂ ਵੀਰ ਜੀ ਇਸ ਤੇ ਕੋਈ ਬੱਚਾ ਸੇ ਰੁਕਿਆ ਹੀ ਨਹੀਂ ਮੇਰੇ ਕੋਲ ਇਸ ਦਾ ਬੱਚਾ ਹਾਂਜੀ ਇਸ ਦੇ ਬੱਚੇ ਵੀ ਤੁਹਾਨੂੰ ਦਿਖਾਵਾਂਗੇ ਵੀਰ ਜੀ ਹਾਂਜੀ ਵੀਰ ਜੀ ਇਹਨਾਂ ਬਾਰੇ ਦੱਸੋ ਜੀ ਆਹ ਕੀ ਜਾਨਵਰ ਹੈ ਇਹਨੂੰ ਕੀ ਬੋਲਦੇ ਆ ਤੇ ਇਹਦੀ ਡਿਮਾਂਡ ਕਿਵੇਂ ਰਹਿੰਦੀ ਹੈ ਤੇ ਆਹ ਤੁਸੀਂ ਕਿੱਥੋਂ ਜਾਨਵਰ ਲੈ ਕੇ ਆਏ ਹੋ ਜੀ ਵੀਰ ਜੀ ਇਹ ਮੈਂ ਗੰਗਾਨਗਰ ਵਾਲੇ ਮੇਲੇ ਤੋਂ ਲਿਆ ਸੀਗਾ ਆਪਣੇ ਦੋਸਤ ਤੋਂ ਹਾਂਜੀ ਇਹ ਦੋਸਤ ਤੇ ਲਏ ਸੀ ਵੀਰ ਜਾਨਵਰ ਆਪਾਂ ਅੱਛਾ ਇਹਦੇ ਆਪਾਂ ਕਰੀਬ 25-30,000 ਦੇ ਬੱਚੇ ਵੇਚ ਚੁੱਕੇ ਆ ਹੁਣ ਤਾਈ ਇਸ ਦੇ 25-30,000 ਦੇ ਜਾਨਵਰ ਤੁਸੀਂ ਸੇਲ ਕਰ ਚੁੱਕੇ ਹਾਂਜੀ ਇਸ ਤੇ ਬੱਚੇ ਵੀਰ ਜੀ ਇਹਦੀ ਡਿਮਾਂਡ ਇਹਦਾ ਬੱਚਾ ਵੀਰੇ ਡਿਮਾਂਡ ਇਹਦੀ ਇੰਨੀ ਜ਼ਿਆਦਾ ਵੀ ਇਹਦੇ ਪੈਸੇ ਪਹਿਲਾਂ ਹੀ ਆਏ ਰਹਿੰਦੇ ਇਹਨੇ ਬੱਚਿਆਂ ਦੇ ਇਹਨਾਂ ਦੇ ਹਾਂਜੀ ਕਿਉਂਕਿ ਇਹ ਜਾਨਵਰ ਬਹੁਤ ਸੋਹਣਾ ਹੈ ਮੈਂ ਤੁਹਾਨੂੰ ਛੱਡ ਕੇ ਦਿਖਾਉਣਾ ਇਹਨਾਂ ਨੂੰ ਕੌਣ ਲੋਕ ਰੱਖਦੇ ਮੀਟ ਵਾਸਤੇ ਰੱਖੇ ਜਾਂਦੇ ਆ ਕਿਸ ਪਰਪਸ ਤੋਂ ਇਹਨਾਂ ਨੂੰ ਲੋਕ ਰੱਖਦੇ ਇਹ ਵੀਰੇ ਸ਼ੌਂਕ ਵਾਸਤੇ ਨੇ ਫੈਂਸੀ ਜਾਨਵਰ ਨੇ ਸੋਹਣੇ ਲੱਗਣ ਵਾਸਤੇ ਸ਼ੌਂਕ ਵਾਸਤੇ ਰੱਖਦੇ ਲੋਕ ਹਾਂਜੀ ਘਰੇ ਫਿਰਦੇ ਬਹੁਤ ਸੋਹਣੇ ਲੱਗਦੇ ਨਾ ਫੈਂਸੀ ਦਾ ਮਤਲਬ ਹੀ ਸ਼ੌਂਕ ਹੀ ਹੋ ਗਿਆ ਹਾਂਜੀ ਹਾਂਜੀ ਇਹ ਫੈਂਸੀ ਆਈਟਮਾਂ ਨੇ ਵੀਰ ਜੀ ਆ ਕਿੰਨਾ ਅੰਡਾ ਦਿੰਦਾ ਹੈ ਤੇ ਕਿੰਨੇ ਬੱਚੇ ਆ ਕਿਸ ਤਰੀਕੇ ਨਾਲ ਇਹਦੀ ਉਤਪਾਦਨ ਹੁੰਦਾ ਜੀ ਵੀਰ ਜੀ ਇਹ ਕਰੀਬ 15 ਅੰਡੇ ਦਿੰਦੀ ਹੈ ਮੁਰਗੀ ਇੱਕ ਟਾਈਮ ਦੇ ਵਿੱਚ ਉਸ ਤੋਂ ਬਾਅਦ ਇਹ ਸੇਵਾ ਮੰਗ ਲੈਂਦੀ ਹੈ ਸਾਲ ਦੇ ਵਿੱਚ 15 ਅੰਡੇ ਦਿੰਦੀ ਨਹੀਂ ਨਹੀਂ ਇੱਕ ਵਾਰ ਹਾਂਜੀ 15 ਅੰਡੇ ਦੇ ਕੇ ਉਸ ਤੋਂ ਬਾਅਦ ਇਹ ਸੇਵਾ ਮੰਗ ਲੈਂਦੀ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਇਹ ਬੱਚੇ ਕੱਢ ਕੇ ਦੁਬਾਰਾ ਅੰਡੇ ਦਿੰਦੀ ਹੈ ਜੀ ਇਹ ਬੱਚੇ ਕੱਢ ਕੇ ਫਿਰ ਦੁਬਾਰਾ ਅੰਡੇ ਦਿੰਦੀ ਹੈ ਪਰ ਆਪਾਂ ਕੀ ਕਰਦੇ ਆ ਆਪਾਂ ਇਸ ਨੂੰ ਮਸ਼ੀਨ 'ਚ ਲਾਈਦੇ ਅੰਡੇ ਇਸ ਦੇ ਜਿਸ ਕਰਕੇ ਲਗਾਤਾਰ ਦੁਬਾਰਾ ਫਿਰ ਮਹੀਨੇ ਕੇ ਬਾਅਦ ਅੰਡੇ ਤੇ ਆ ਜਾਂਦੀ ਹੈ ਜੀ ਠੀਕ ਹੈ ਜੀ ਤੁਸੀਂ ਇਹਨੂੰ ਮਸ਼ੀਨ ਹਾਂਜੀ ਯਾਨੀ 2 ਮਹੀਨਿਆਂ ਦੇ ਵਿੱਚ ਕਰੀਬ 15 ਅੰਡੇ ਆਉਂਦੇ ਆ ਆਪਣੇ ਕੋਲ ਜੀ 2 ਮਹੀਨਿਆਂ ਵਿੱਚ 15 ਅੰਡੇ ਆ ਜਾਂਦੇ ਆ ਹਾਂਜੀ ਵੀਰ ਸਾਲ ਦੇ ਵਿੱਚ ਜੀ ਵੀਰ ਜੀ ਲਗਭਗ ਮੰਨ ਕੇ ਚੱਲੋ 15-96-90 ਅੰਡੇ ਹੋ ਗਏ ਮੰਨ ਲਓ ਜੇ ਆਪਾਂ 50 ਬੱਚੇ ਵੀ ਵੇਚਦੇ ਆ ਜੀ ਇਸ ਦੇ ਇਹਦਾ ਅੰਡਾ ਤਾਂ ਨਹੀਂ ਸੇਲ ਕਰਦੇ ਨਹੀਂ ਵੀਰ ਅੰਡਾ ਨਹੀਂ ਸੇਲ ਕੀਤਾ ਅੰਡੇ ਦੇ ਵਿੱਚ ਕੀ ਹੁੰਦਾ ਨੇ ਜਦੋਂ ਅੰਡਾ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਂਦੇ ਆ ਤਾਂ ਉਹਦੇ ਵਿੱਚ ਰਿਜ਼ਲਟ ਘਟ ਜਾਂਦਾ ਅੰਡੇ ਦਾ ਅੱਛਾ ਜੀ ਤਾਂ ਬੱਚਾ ਘੱਟ ਨਿਕਲਦਾ ਇਸ ਕਰਕੇ ਆਪਾਂ
ਹਾਂ ਜੀ ਇਹਦੇ ਵਿੱਚ ਕੋਈ ਵੇਚਣ ਵਾਸਤੇ ਕੋਈ ਦਿੱਕਤ ਨਹੀਂ ਆਉਂਦੀ ਕਿਉਂ ਨਹੀਂ ਵੀਰ ਜੀ ਹਜੇ ਤਾਂ ਇਹਦੀ ਡਿਮਾਂਡ ਹੀ ਆਈ ਹੈ ਵੀਰ ਜੀ ਹਾਂ ਜੀ ਬੱਚਾ ਯਾਨੀ ਪੂਰਾ ਹੀ ਨਹੀਂ ਹੋਇਆ ਪ੍ਰੋਡਕਟ ਆ ਕਿੱਥੋਂ ਦਾ ਬਰੀਡ ਹੈ ਜੀ ਇਹ ਅਮਰੀਕਾ ਦੀ ਬਰੀਡ ਹੈ ਵੀਰ ਜੀ ਅਮਰੀਕਨ ਸਿਲਕੀ ਕਹਿੰਦੇ ਆ ਇਸ ਨੂੰ ਇਸ ਦੇ ਵਾਲ ਬਿਲਕੁਲ ਸਿਲਕੀ ਹੈ ਜਿਵੇਂ ਸਿਲਕ ਹੁੰਦਾ ਹੈ ਤਾਂ ਕਰਕੇ ਇਸ ਨੂੰ ਸਿਲਕੀ ਕਹਿੰਦੇ ਆ ਵੀਰ ਜੀ ਅਮਰੀਕਨ ਬਰੀਡ ਬੋਲ ਸਕਦੇ ਹਾਂ ਹਾਂ ਜੀ ਹਾਂ ਜੀ ਵੀਰ ਜੀ ਇਹਨਾਂ ਬਾਰੇ ਦੱਸੋ ਜੀ ਆ ਕੀ ਜਾਨਵਰ ਹੈ ਕਿਹੜੀ ਬਰੀਡ ਹੈ ਤੇ ਕਿੱਥੋਂ ਦਾ ਆ ਜਾਨਵਰ ਹੈਗਾ ਜੀ ਇਹ ਵੀਰ ਅਮਰੀਕਾ ਦੇ ਹੀ ਇਹ ਹੈ ਇਹਨੂੰ ਕੋਚਿਨ ਹਾਂ ਜੀ ਕੋਚਿਨ ਬੈਂਟਮ ਜਾਂ ਅਮਰੀਕਨ ਬੈਂਟਮ ਵੀ ਕਹਿੰਦੇ ਹੁੰਦੇ ਆ ਠੀਕ ਹੈ ਜੀ ਪੁੰਜਾ ਇਸ ਦਾ ਬਿਲਕੁਲ ਜੋ ਪੂਛ ਹੁੰਦੀ ਹੈ ਗੋਲ ਹੁੰਦੀ ਹੈ ਐਵੇਂ ਖੜਾ ਨਹੀਂ ਹੁੰਦਾ ਦੂਜੇ ਮੁਰਗੇ ਨੂੰ ਅੱਛਾ ਬਿਲਕੁਲ ਗੁਲਾਈ ਚ ਹੋਏਗਾ ਬਿਲਕੁਲ ਗੁਲਾਈ ਚ ਹੁੰਦਾ ਹਾਂ ਜੀ ਇਹ ਮੇਲ ਫੀਮੇਲ ਜੋੜਾ ਆਪਣੇ ਕੋਲ ਜੀ ਤੁਸੀਂ ਕਿੱਥੋਂ ਲੈ ਕੇ ਆਏ ਜੀ ਇਹ ਵੀ ਵੀਰ ਆਪਾਂ ਮੇਲੇ ਤੋਂ ਲਿਆ ਸੀਗਾ ਹਨੂਮਾਨਗੜ੍ਹ ਮੇਲੇ ਤੋਂ ਲਿਆ ਸੀਗਾ ਗੋੜੀਆਂ ਵਾਲੇ ਤੋਂ ਹਾਂਜੀ ਬਰੀਡਿੰਗ ਪੇਅਰ ਲਿਆ ਸੀ ਆਪਾਂ ਇਹਦਾ ਕੀ ਪ੍ਰੋਡਕਸ਼ਨ ਰੇਟ ਰਹਿੰਦੀ ਹੈ ਵੀਰ ਜੀ ਵੀਰ ਇਹਦਾ ਅਮਰੀਕਾ ਫੈਂਸੀ ਜਿੰਨੇ ਵੀ ਬਰੀਡ ਆ ਉਹ ਇਹੀ ਆ ਉਹਨਾਂ ਦਾ ਸਿਸਟਮ ਕਿ 15 10 15 ਅੰਡੇ ਦਿੰਦੀਆਂ ਨੇ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਇੱਕ ਵਾਰ ਅੰਡਾ ਸਟਾਪ ਕਰਕੇ ਜਿਹੜਾ ਸਿਲਕੀ ਫੈਂਸੀ ਸੀ ਉਹਦੇ ਤੋਂ ਤੇ ਇਹਦੇ ਵਿੱਚ ਜੀ ਕੀ ਫਰਕ ਹੈ ਜ਼ਿਆਦਾਤਰ ਅਗਰ ਦੇਖਿਆ ਜਾਵੇ ਤਾਂ ਜੀ ਵੀਰੇ ਹਰ ਇੱਕ ਫੈਂਸੀ ਜਾਨਵਰ ਆਪਣਾ ਆਪਣਾ ਹੁੰਦਾ ਹੈਗਾ ਉਸ ਦੀ ਖਾਸੀਅਤ ਤਾਂ ਬਿਲਕੁਲ ਸੇਮ ਹੈ ਇਹਨਾਂ ਦੀ ਡਿਮਾਂਡ ਜ਼ਿਆਦਾ ਹੈ ਉਹਦੀ ਡਿਮਾਂਡ ਜ਼ਿਆਦਾ ਹੈ ਜੋ ਡਿਮਾਂਡ ਵੀਰ ਦੋਨਾਂ ਦੀ ਸੇਮ ਹੈ ਇਹਨਾਂ ਦੇ ਬੱਚੇ ਵੀ ਲਗਾਤਾਰ ਵਿਕਦੇ ਹੀ ਰਹੇ ਆ ਹਾਂਜੀ ਬਹੁਤ ਵਧੀਆ ਡਿਮਾਂਡ ਹੈ ਜੀ ਇਹਦਾ ਬੱਚਾ ਕੀ ਕਿਸੇ ਨੂੰ ਵੀਰੇ ਅਮਰੀਕਨ ਸਿਲਕੀ ਪਸੰਦ ਆਉਂਦਾ ਕਿਸੇ ਨੂੰ ਬੈਂਟਮ ਪਸੰਦ ਆਉਂਦਾ ਜੀ ਕਿਸੇ ਨੂੰ ਆਪਣੇ ਟਰਕੀ ਪਸੰਦ ਆਉਂਦੇ ਕਿਸੇ ਨੂੰ ਚਕੋਰ ਪਸੰਦ ਆਉਂਦਾ ਸਭ ਦੀ ਆਪਣੀ ਆਪਣੀ ਇੱਛਾ ਹੁੰਦੀ ਹੈ ਕਿ ਇਸ ਨੂੰ ਕੋਈ ਜਾਨਵਰ ਕਿਹੜਾ ਪਸੰਦ ਆਵੇ ਠੀਕ ਹੈ ਜੀ ਵੈਸੇ ਆ ਕੀ ਰੇਟ ਤੇ ਸੇਲ ਹੋ ਜਾਂਦਾ ਵੀਰ ਜੀ ਜਿਹੜਾ ਆ ਜਾਨਵਰ ਇਸ ਦਾ ਵੀ ਵੀਰ ਆਪਾਂ ਉਹੀ 20 ਦਿਨਾਂ ਦਾ ਬੱਚਾ 500 ਰੁਪਏ ਵਿੱਚ ਹੈਗਾ ਵੀਰ 20 ਦਿਨਾਂ ਦਾ ਬੱਚਾ 500 ਰੁਪਏ ਦਾ ਸੇਲ ਹੋ ਜਾਂਦਾ ਹਾਂਜੀ ਵੀਰ ਠੀਕ ਹੈ 15 ਅੰਡੇ ਆ ਇੱਕ ਸੀਜ਼ਨ ਦਾ ਦਿੰਦਾ ਹਾਂਜੀ ਵੀਰ ਜੀ 15 ਅੰਡੇ ਇਹਨਾਂ ਨੇ ਦਿੱਤੇ ਠੀਕ ਹੈ ਵੀਰ ਜੀ ਇਹਨਾਂ ਨੂੰ ਛੱਡ ਦਿਓ ਨੈਕਸਟ ਜਾਨਵਰ ਦਿਖਾਉਂਦੇ ਹਾਂ ਤੁਹਾਨੂੰ ਜੀ ਵੀਰ ਜੀ ਇਹਨਾਂ ਜਾਨਵਰਾਂ ਬਾਰੇ ਜਾਣਕਾਰੀ ਦਿਓ ਜੀ ਆ ਕਿਹੜੀ ਨਸਲ ਹੈ ਕਿੱਥੋਂ ਦਾ ਬਰੀਡ ਹੈ ਕੀ ਇਹਦਾ ਉਤਪਾਦਨ ਸਮਤਾ ਹੈ ਤੇ ਕਿੰਨਾ ਰੇਟ ਦਾ ਤੁਸੀਂ ਸੇਲ ਆਊਟ ਇਹਨੂੰ ਕਰਦੇ ਹੋ ਵੀਰ ਜੀ ਉਤਪਾਦਨ ਤਾਂ ਇਸ ਦਾ ਉਹੀ 12 13 ਐਗ ਦਾ ਹੀ ਹੁੰਦਾ ਹੈਗਾ ਹਾਂਜੀ ਇਹ ਇੱਧਰ ਆਪਣੇ ਜਿਹੜਾ ਈਸਟ ਕੰਟਰੀਆਂ ਉਹਨਾਂ ਦਾ ਹੈਗਾ ਜਿਵੇਂ ਜਾਪਾਨ ਹੈ ਜਾਂ ਫਿਰ ਇੱਧਰਲੀਆਂ ਕੰਟਰੀਆਂ ਦਾ ਜਾਨਵਰ ਹੈ ਵੀਰੇ ਇਹ 0 ਸਾਈਜ਼ ਬੈਂਟਮ ਵੱਜਦਾ ਹੈ ਇਹਦੀ ਖਾਸੀਅਤ ਇਹਦੀ ਪਿਓਰ ਦੀ ਕੁਆਲਿਟੀ ਦੀ ਨਿਸ਼ਾਨੀ ਹੈ ਕਿ ਇਹ ਆਪਣੇ ਖੰਭ ਥੱਲੇ ਲਾ ਕੇ ਚੱਲੇਗਾ ਪੁੰਜਾ ਇਹਦਾ ਸਿਰ ਤੋਂ ਉੱਚਾ ਹੁੰਦਾ ਜੋ ਬਿਲਕੁਲ ਖੜਾ ਰੱਖਦਾ ਹੈ ਬਿਲਕੁਲ ਕਬੂਤਰ ਵਾਂਗੂ ਚੱਲੇਗਾ ਸਿਰ ਚੱਕ ਕੇ ਕਬੂਤਰ ਵਾਂਗੂ ਚੱਲਦਾ ਹਾਂਜੀ ਬਹੁਤ ਸੋਹਣਾ ਲੱਗਦਾ ਜੀ ਘਰੇ ਫਿਰਦਾ ਬਾਕੀ ਇਹ ਗਰਮੀ 'ਚ ਆ ਜਾਂਦਾ ਜੀ ਆਪਣੀ ਇਹਨੂੰ ਗਰਮੀ ਤੋਂ ਸਰਦੀ ਤੋਂ ਕੋਈ ਦਿੱਕਤ ਨਹੀਂ ਹੈ ਵੀਰ ਜੀ ਹਾਂਜੀ ਇਹ ਪਿੰਜਰੇ 'ਚ ਆਪਣੇ ਜਿਹੜੇ ਬੈਟੇਰ ਹੈ ਇਹਨੂੰ ਜਪਾਨੀ ਕੋਇਲ ਵੀ ਕਹਿੰਦੇ ਆ ਹਾਂਜੀ ਵੀਰ ਜੀ ਇਹਦੇ ਆਂਡੇ ਆ ਵੀਰੇ ਆਪਣੇ ਇਹ ਆਂਡੇ ਵੀਰੇ ਬਹੁਤ ਹੀ ਤਾਕਤਵਰ ਤੇ ਗੁਣਕਾਰੀ ਆਂਡੇ ਆ ਕਿਸੇ ਦੇ ਕਿਡਨੀ ਦੀ ਕੋਈ ਵੀ ਪ੍ਰੋਬਲਮ ਹੋਵੇ ਕਿਡਨੀ ਦੀ ਕੋਈ ਹਾਂਜੀ ਇਹਨਾਂ ਨਾਲ ਆਂਡਿਆਂ ਨਾਲ ਪ੍ਰੋਬਲਮ ਇਹਨਾਂ ਦੀ ਸੋਲਵ ਹੋ ਜਾਂਦੀ ਕਿਡਨੀ ਦੀ ਆਪਣੀ ਵੀਰ ਜੀ ਕੀ ਰੇਟ ਸੇਲ ਆਊਟ ਹੋ ਜਾਂਦੇ ਵੀਰ ਜੀ ਇਹਦਾ 150 ਰੁਪਏ ਦਾ ਵੱਡਾ ਪੀਸ ਵਿਕ ਜਾਂਦਾ ਵੀਰ ਇੱਕ ਤੇ ਆਂਡਾ ਇਸ ਦਾ 5 ਰੁਪਏ ਵਿਕ ਜਾਂਦਾ ਵੀਰ ਆਂਡਾ ਇਹਦਾ 5 ਹਾਂਜੀ ਵੀਰ ਪਰ ਆਪਣੇ ਕੋਲੇ 5-4 ਆਂਡੇ ਹੁੰਦੇ ਆ ਡੇਲੀ ਦੇ ਆਪਾਂ ਖੁਦ ਖਾਣੇ ਆ ਤੇ ਆਪਣੇ ਬੱਚਿਆਂ ਨੂੰ ਦੇ ਦੇ ਦਈਏ ਵੀਰ ਠੀਕ ਹੈ ਜਾਂ ਤੁਸੀਂ ਖੁਦ ਖਾ ਲੈਂਦੇ ਹੋ ਇਹਦਾ ਅੰਡਾ ਹੁੰਦਾ ਜੀ ਹਾਂਜੀ ਇਸ ਤੋਂ ਪਹਿਲਾਂ ਗਰਮੀ ਦੇ ਵਿੱਚ ਆਪਾਂ ਇਹਦੇ ਬੱਚੇ ਵੇਚੇ ਆ ਜੀ ਠੀਕ ਹੈ ਤੇ ਵੀਰ ਜੀ ਆ ਕੀ ਆਈਟਮ ਹੈ ਇਹਦੇ ਬਾਰੇ ਵੀ ਤੁਸੀਂ ਦੱਸੋ ਇਹ ਨਿਊਜ਼ੀਲੈਂਡ ਦੀ ਆਈਟਮ ਹੈ ਵੀਰ ਹਾਂ ਨਿਊਜ਼ੀਲੈਂਡ ਰੈਬਿਟ ਹੈ ਨਿਊਜ਼ੀਲੈਂਡ ਹਾਂਜੀ ਨਿਊਜ਼ੀਲੈਂਡ ਵਾਈਟ ਹੈ ਜਿਹੜਾ ਇਸ ਦੀ ਆਈਜ਼ ਰੈੱਡ ਹੁੰਦੀ ਹੈ ਅੱਛਾ ਜੀ ਇਹ ਦੂਜੇ ਨਾਲੋਂ ਆਪਣੇ ਜਿਹੜੇ ਦੇਸੀ ਖਰਗੋਸ਼ ਹੁੰਦੇ ਉਹਨਾਂ ਨਾਲੋਂ ਭੱਜ ਦੌੜ ਘੱਟ ਕਰਦਾ ਤੇ ਭੱਜ ਦੌੜ ਘੱਟ ਕਰਦਾ ਇਹਦਾ ਆ ਬੈਨੀਫਿਟ ਹੈ ਕਿ ਜ਼ਿਆਦਾ ਭੱਜ ਦੌੜ ਨਹੀਂ ਕਰਦਾ ਹਾਂਜੀ ਇਹ ਜ਼ਿਆਦਾ ਭੱਜ ਦੌੜ ਨਹੀਂ ਕਰਦਾ ਇਹਨੂੰ ਜਿੱਥੇ ਬਿਠਾ ਦੋ ਬੈਠਾ ਰਹਿੰਦਾ ਇਹ ਟੋਏ ਵੀ ਘੱਟ ਪੜਦਾ ਆਪਣੇ ਇਹਨੂੰ ਅੱਛਾ ਟੋਏ ਵੀ ਘੱਟ ਪੜਦਾ ਵੀਰ ਜੀ ਆ ਇਹਦਾ ਪ੍ਰੋਡਕਸ਼ਨ ਰੇਟ ਕੀ ਹੈ ਜੀ ਇਹ ਵੀਰ ਇਹ ਮਲਟੀਪਲਾਈ ਹੁੰਦੇ ਆ ਜੀ ਬਾਕੀ ਕੋਈ ਵੀ ਜਾਨਵਰ ਆਪਾਂ ਰੱਖਦੇ ਆ ਉਹ 2 ਹੁੰਦੇ ਆ ਅੱਛਾ ਜੀ ਦੋਆਂ ਤੋਂ 4 ਬਣਦੇ ਆ ਠੀਕ ਹੈ ਉਹ ਫਿਰ 6 ਹੋ ਜਾਂਦੇ ਆ ਠੀਕ ਹੈ ਜੀ ਜਿਹੜਾ ਖਰਗੋਸ਼ ਹੈ ਨਾ ਖਰਗੋਸ਼ ਮਲਟੀਪਲਾਈ ਹੁੰਦਾ ਹੈ ਯਾਨੀ 2 ਦੁਣਾ 4 ਤੇ 4 ਦੁਣਾ 8 ਅੱਛਾ ਖਰਗੋਸ਼ ਮਲਟੀਪਲਾਈ ਹੁੰਦਾ ਹੈ ਹਾਂਜੀ ਜਿਵੇਂ ਠੀਕ ਹੈ 5 ਰੱਖ ਲੇ ਤਾਂ ਆਪਾਂ ਹੋ ਸਕਦਾ ਮਹੀਨੇ ਦੇ ਵਿੱਚ ਆਪਣੇ ਕੋਲੇ 25 ਹੋ ਜਾਣ ਹਾਂਜੀ ਸਭ ਤੋਂ ਜ਼ਿਆਦਾ ਇਹ ਵਾਧੇ ਆ ਜਿਹਦੀ ਡਿਮਾਂਡ ਕੀ ਰਹਿੰਦੀ ਹੈ ਜੀ ਡਿਵਾਈਸ ਦੇ ਵੀਰੇ ਬੱਚਿਆਂ ਨੂੰ ਖੁਸ਼ ਰੱਖਣ ਵਾਸਤੇ ਲੋਕ ਲੈ ਜਾਂਦੇ ਆ ਤੇ ਸ਼ੌਂਕ ਵਾਸਤੇ ਰੱਖਦੇ ਆ ਠੀਕ ਹੈ ਜੀ ਸ਼ੌਂਕ ਵਾਸਤੇ ਹਾਂਜੀ ਇਹ ਗਿਨੀ ਪਿਗ ਹੈ ਵੀਰ ਅੱਛਾ ਜੀ ਆ ਗਿਨੀ ਪਿਗ ਹਾਂਜੀ ਇਹ ਵੀ ਬੱਚਿਆਂ ਨੂੰ ਖੁਸ਼ ਰੱਖਣ ਵਾਸਤੇ ਲੋਕ ਬੱਚੇ ਖੜਾਉਣ ਵਾਸਤੇ ਲੈ ਜਾਂਦੇ ਆ ਇਹਦੀ ਸਾਂਭ ਸੰਭਾਲ ਦੇ ਵਿੱਚ ਕੀ ਧਿਆਨ ਰੱਖਣਾ ਪੈਂਦਾ ਜੀ ਖਾਸ ਵੀਰ ਇਹਨਾਂ ਦੀ ਕੋਈ ਖਾਸ ਸੰਭਾਲ ਨਹੀਂ ਨਾ ਇਹ ਗਰਮੀ ਮੰਨਦੇ ਆ ਨਾ ਇਹ ਸਰਦੀ ਮੰਨਦੇ ਆ ਠੀਕ ਹੈ ਜੀ ਬਸ ਹਰਾ ਚਾਰਾ ਖਾ ਲੈਂਦੇ ਆ ਰੋਟੀ ਟੁੱਕ ਖਾ ਲੈਂਦੇ ਆ ਦਾਣੇ ਖਾ ਲੈਂਦੇ ਆ ਇਹਨਾਂ ਦਾ ਸੁਭਾਅ ਬਹੁਤ ਸ਼ਾਂਤ ਹੈ ਇਹ ਬੱਚਿਆਂ ਨਾਲ ਬੱਚੇ ਬਹੁਤ ਖੇਡ ਕੇ ਖੁਸ਼ ਹੁੰਦੇ ਇਹਨਾਂ ਨਾਲ ਗਿਨੀ ਪਿਗ ਬੋਲਦੇ ਹਾਂਜੀ ਮੇਰੇ ਮੈਂ ਇਹਨਾਂ ਚੀਜ਼ਾਂ ਨੂੰ ਖੁਦ ਨਹੀਂ ਸੰਭਾਲਦਾ ਗਿਨੀ ਪਿਗ ਹੈ ਖਰਗੋਸ਼ ਹੈ ਇਹ ਨੀਚੇ ਵਾਲੇ ਡੱਕ ਹੈ ਹਾਂਜੀ ਇਹ ਡੱਕ ਹੈ ਆਪਣੇ ਕੋਲੇ ਖਾਕੀ ਕੈਮਲ ਹੈ ਹਾਂਜੀ ਇਸਨੇ ਵੀ ਅੰਡਾ ਲਾਇਆ ਹੋਇਆ ਇਹਦਾ ਅੰਡਾ ਕੀ ਰੇਟ ਸੇਲ ਆਊਟ ਹੋ ਜਾਂਦਾ ਇਹਦਾ ਵੀਰੇ 20-25 ਰੁਪਏ ਸੇਲ ਚੱਲੀ ਜਾਂਦਾ ਹੈਗਾ ਅੰਡਾ ਇਹਦਾ ਇਹਦੇ ਵਿੱਚ ਇਹ ਖਰਗੋਸ਼ ਹੈ
दिलवा दें किसी शौक वाली चीजा ने इन्हों तो आप नहीं कमा दे आप इन्होंने जानवर बारे डिटेल दो जी आ जानवर है उत्पादन क्षमता की रेट वेच जाता है की यदि केयर रहता जी वीरे ये चुरचुरा है चकोर गिनी फॉल है यू कोई संभाल नहीं मांगता यह एक तरह का जंगली जानवर है हल थोड़ा बहुत ही खुराक भी यदि बहुत घट है तो बहुत ही घट बीमार होंगे ये अफरीका की गिनी एरिया की हैगी अफरीका की यह जंगली जानवर एक तरह का जिम्मे अपना कड़कनाथ कह देंगे उन्होंने जंगली मुर्गा वीरे ये बॉडी शरीर की इम्यूनिटी है ना जो इन्हां दी शरीर की ताकत बहुत ज्यादा है हाँ जी रोग प्रतिरोधक क्षमता बहुत ज्यादा है इन्हां दी बाकी गर्मी बहुत चलते ने इन्हों का आंडा भी ये गर्मी च देंगे ने ज़्यादातर जी हाँ जी इन्हों का आंडा ही शुगर वास्ते या बाकी बीमारियों वास्ते बहुत चंगा है जी इसका आंडा भीर जी आंडा इसका 30 रुपए 25 रुपए 30 रुपए सेल हो जाता है भीर जी बच्चा इसका आप एडा बच्चा हूँ 200 रुपए 250 रुपए तक विक जाता भीर जी हाँ जी जो ज़्यादा बच्चा लेना तो 200 दे दें जे जे थोड़े बच्चे लेने तो 250 रुपए एडा बच्चा आप दे दें ये भीर अपना टर्की का बच्चा हाँ जी वीर जी इस अपना 1000 रुपए जोड़ा विक जाता वीर एडा बच्चा करीब महीने का बच्चा हो चुका है यह 1000 रुपए जोड़ा विक जाता हाँ जी वीर महीने का बच्चा हो चुका है 1 महीने का बच्चा है हाँ जी ये थोड़ा डर कोई भाई अंडा लेना चाहे ये जो तो महीने का होंगे वीर डरता रहता है महीना 1.5 महीना डरता है उस तो बाद थोड़ा डर जानवर डर हट जाता है अपने तो डर का की कारण है जी वीर डरन का तो कोई पता नहीं की कारण है पर थोड़ा डरता है नवे बंदे हाँ जी ये उपरे बंदे तो डरता है जी थोड़ी आवाज सुन ली जिमें ये उपरे नूं पछाणदा है जी मालक नूं उपरे बंदे नूं पछाणदा है जी ये उपरे बंदे तो डरदा है जी हाँ जी जो जदों वड्डा हो जांदा जी फिर उपरे बंदे नूं डराउण लग जांदा जी फिर उपरे बंदे नूं डराउण हाँ जी फिर उहनूं मारन वी पैंदा है जी उसनूं घेर के वी खड़ जांदा जी टर्की है जो एक तरह की जिवें कुत्ता राखी रखदा घर दी उवें राखी रखदे जी वी करदे हाँ जी चकोर का भी यही सिस्टम है जी वो अपने जो उपरा बंदा आऊगा बोलूगा जी घरे हाँ जी दिने आवे रात नूं आवे उहने उपरा जदों देख लिया उहने रौला पा देना घर दे विच हाँ जी बिल्कुल जिवें एक बहुत लोग सिक्योरिटी वास्ते भी रखते हैं ये वीर डबल एफ जी है ये महीने तो उपर बच्चा है डबल एफ जी है जिहड़ा कड़कनाथ है तो जिहड़ा आपां आस्ट्रेलिया की ब्रीड दसी सी उत्ते ब्रीड के बच्चे है ये भीर ये कड़कनाथ का आप बच्चा 200 रुपए बेची जाने दूजा हाँ जी हाँ जी डबल एफ जी आप 150 रुपए बेची जाने तो एस्ट्रोलॉप का भी 200 रुपए बेची जाने जी ये बच्चा अपने को होर भी पै दूजे कमरे के हाँ जी कड़कनाथ तो भीर एस्ट्रोलॉप अपने 5वें महीने तो बाद अंडे ते आउंदी है डबल एफ जी 4वें महीने तो बाद अंडे ते आ जाती है 15-20 दिन महीना पहला अंडे ते आउंदी है डबल एफ जी हाँ जी वीर वैसे तो नॉर्मल फीड तो वधिया रहिंदे है खुले छड्दे आ तां जानवर जे इन्हां नूं ताड़ के रखांगे फिर वीर इन्हां दी एग फीड आउंदी है पोल्ट्री दी लेयर हाँ जी लेयर दी फीड आउंदी है फिर इन्हां नूं फीड देनी पैंदी है जी हाँ जी फीड फिर इन्हां नूं 100 ग्राम फीड डेली चाहीदी है जी एक जानवर नूं 100 ग्राम 150 ग्राम वड्डे जानवर लई हाँ जी वैसे ਜਿੰਨਾ ਵੀ ਤੁਸੀਂ ਜਾਨਵਰ ਰੱਖ ਰੱਖੇ ਆਪਾਂ ਵੀਡੀਓ 'ਚ ਦਿਖਾਇਆ ਹੈ ਹਾਂਜੀ ਸਾਰੇ ਜਾਨਵਰਾਂ ਦੇ ਵਿੱਚ ਜੀ ਟੋਟਲ ਕਿੰਨਾ ਖਰਚਾ ਆ ਜਾਂਦਾ ਤੇ ਕਿੰਨਾ ਪ੍ਰੋਫਿਟ ਨਿਕਲ ਜਾਂਦਾ ਹੈ ਸਾਲਾਨਾ ਜੀ ਅਗਰ ਮੰਥਲੀ ਗੱਲ ਕਰੀਏ ਜਾਂ ਸਾਲ ਦਾ ਗੱਲ ਕਰੀਏ ਤਾਂ ਵੀਰ ਜੀ ਕਰੀਬ 1.5 ਲੱਖ ਦੀ ਫੀਡ ਪੈ ਜਾਂਦੀ ਹੈ 2 ਲੱਖ ਦੀ ਹਾਂਜੀ ਠੀਕ ਹੈ ਜੀ ਕਰੀਬ ਆਪਣਾ 3 ਲੱਖ ਦਾ ਜਾਨਵਰ ਇਸ ਵਾਰ ਸੇਲ ਹੋਇਆ ਹੈ ਹੁਣ ਤੱਕ 1.5 ਲੱਖ ਦੀ ਫੀਡ ਪਾ ਕੇ 3 ਲੱਖ ਰੁਪਏ ਦਾ ਤੁਸੀਂ ਹਾਂਜੀ ਯਾਨੀ ਕਿ 1.5 ਲੱਖ ਰੁਪਏ ਆਪਾਂ ਨੂੰ ਸੇਵਿੰਗ ਹੋਈ ਆ ਪਿਛਲੇ 7-8 ਮਹੀਨਿਆਂ ਦੇ ਵਿੱਚ ਹਾਂਜੀ ਯਾਨੀ 20,000 ਰੁਪਏ ਮਹੀਨਾ ਹੋ ਗਈ ਆ ਹਾਂਜੀ ਵੀਰ ਜੋ ਵੀ ਆਪਣਾ ਨਵੇਂ ਫਾਰਮਰ ਆ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਵੀ ਪਹਿਲੇ ਸਾਲ ਨਹੀਂ ਗਾ ਕਿ ਤੁਸੀਂ 20,000-30,000 ਮਹੀਨੇ ਦਾ ਕਮਾ ਲਓਗੇ ਪਹਿਲੇ ਸਾਲ ਤੁਸੀਂ 5,000-4,000 ਮਹੀਨੇ ਦਾ ਕਮਾਓਗੇ ਅਗਲੇ ਸਾਲ ਤੁਸੀਂ 10,000 ਤੇ ਪਹੁੰਚੋਗੇ ਉਦੋਂ ਅਗਲੇ ਸਾਲ 20,000 ਤੇ ਪਹੁੰਚੋਗੇ ਤਾਂ ਜਿਵੇਂ ਜਿਵੇਂ ਤੁਸੀਂ ਕੰਮ ਵਧਾਓਗੇ ਤੁਸੀਂ ਤੁਹਾਨੂੰ ਤਜਰਬਾ ਹੋਏਗਾ ਤੇ ਤੁਹਾਡਾ ਕੰਮ ਵਧੇਗਾ ਉਵੇਂ ਉਵੇਂ ਤੁਹਾਡੇ ਪੈਸੇ ਇਨਕਮ ਵਧਣੀ ਹੈ ਵਿੱਚ ਬਿਮਾਰੀਆਂ ਦਾ ਕੀ ਧਿਆਨ ਰੱਖਣਾ ਪੈਂਦਾ ਜੀ ਕਿਹੜੀ ਕਿਹੜੀ ਬਿਮਾਰੀ ਹੈ ਜੋ ਇਹਨਾਂ ਨੂੰ ਆਉਂਦੀ ਹੈ
ਇਹਨਾਂ ਨੂੰ ਵੀਰੇ ਕੋਈ ਖਾਸ ਬਿਮਾਰੀ ਨਹੀਂ ਆਉਂਦੀ ਗੀ। ਬਾਹਰੋਂ ਜੇ ਆਪਾਂ ਜਾਨਵਰ ਵਾਰ ਵਾਰ ਖਰੀਦਾਂਗੇ ਤਾਂ ਬਿਮਾਰੀ ਆਉਂਦੀ ਹੈ, ਜੇ ਆਪਾਂ ਘਰੇ ਜਾਨਵਰ ਪਾਲੀ ਜਾਂਦੇ ਹਾਂ ਤਾਂ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਆਉਂਦੀ, ਸਿਰਫ ਸਰਦੀ ਨਾਲ ਖੰਘ ਜ਼ੁਕਾਮ ਅਤੇ ਬੁਖਾਰ ਹੁੰਦਾ, ਹੋਰ ਇਹਨਾਂ ਨੂੰ ਘਰੇ ਫਿਰਦੇ ਨੂੰ। ਹਾਂਜੀ, ਉਸ ਵਾਸਤੇ ਟੈਰਾਮਾਈਸਿਨ ਅਤੇ ਪੈਰਾਸੀਟਾਮੋਲ ਦੀ ਟੈਬਲੇਟ ਪਾ ਦੇਈ ਦੀ ਆ। ਹਾਂਜੀ, ਬਾਕੀ ਇਹਨਾਂ ਨੂੰ ਘਰੇ ਫਿਰਦਿਆਂ ਨੂੰ ਕੋਈ ਬਿਮਾਰੀ ਨਹੀਂ ਆਉਂਦੀ ਜੀ। ਹਾਂਜੀ ਵੀਰ ਜੀ, ਵੀਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਜੋ ਸਾਡੇ ਦਰਸ਼ਕਾਂ ਨੂੰ ਤੁਸੀਂ ਇੰਨੀ ਵਧੀਆ ਜਾਣਕਾਰੀ ਦਿੱਤੀ, ਅਤੇ ਅਸੀਂ ਆਸ਼ਾ ਕਰਦੇ ਹਾਂ ਕਿ ਇਸ ਜਾਣਕਾਰੀ ਤੋਂ ਬਹੁਤ ਸਾਡੇ ਭਰਾ ਜਿਹੜੇ ਫਾਰਮਿੰਗ ਕਰਨ ਰਹੇ ਆ ਜਾਂ ਕਰਨਾ ਚਾਹੁੰਦੇ ਆ ਉਹਨਾਂ ਨੂੰ ਬਹੁਤ ਹੈਲਪ ਮਿਲੀ ਹੋਊਗੀ, ਅਤੇ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ। ਥੈਂਕ ਯੂ ਵੀਰ ਜੀ, ਧੰਨਵਾਦ ਤੁਹਾਡਾ ਵੀ ਬਹੁਤ ਬਹੁਤ।